ਇਹ ਰੋਂਦੀ ਕੁਰਲਾਉਂਦੀ ਹੋਈ ਮਹਿਲਾ ਉਸ ਮਾਸੂਮ ਬੱਚੇ ਦੀ ਮਾਂ ਹੈ ਜਿਸ ਦੇ 3 ਸਾਲ ਦੇ ਪੁੱਤ ਦੀ ਟਰੱਕ ਦੇ ਹੇਠਾਂ ਆਉਣ ਕਾਰਨ ਮੌਤ ਹੋਈ ਹੈ। 3 ਸਾਲ ਦਾ ਮਾਸੂਮ ਧਰਮਵੀਰ ਆਪਣੇ ਪਿਤਾ ਦੇ ਨਾਲ ਰਾਹ ਤੇ ਜਾ ਰਿਹਾ ਸੀ ਅਤੇ ਕੁਝ ਸਮਾਨ ਲੈਣ ਲਈ ਉਸ ਦੇ ਪਿਤਾ ਇੱਕ ਢਾਬੇ ਵਿਖੇ ਰੁਕ ਗਏ ਅਤੇ ਇੰਨੀ ਦੇਰ ਨੂੰ ਹੀ ਪਿੱਛੋਂ ਆ ਰਹੇ ਇੱਕ ਸਿਲੰਡਰ ਨਾਲ ਭਰੇ ਤੇਜ਼ ਰਫ਼ਤਾਰ ਟਰੱਕ ਨੇ 3 ਸਾਲਾਂ ਦੇ ਮਾਸੂਮ ਨੂੰ ਕੁਚਲ ਦਿੱਤਾ ਜਿਸ ਕਾਰਨ ਬੱਚੇ ਦੀ ਮੌਕੇ ਤੇ ਹੀ ਮੌਤ ਹੋ ਗਈ। 3 ਸਾਲ ਦੇ ਮਾਸੂਮ ਦੀ ਮੌਤ ਦੀ ਖਬਰ ਸੁਣਦਿਆਂ ਹੀ ਮਾਂ ਦੇ ਪੈਰਾਂ ਦੇ ਹੇਠੋਂ ਜ਼ਮੀਨ ਖਿਸਕ ਗਈ ਅਤੇ ਉਸ ਦਾ ਰੋ ਰੋ ਕੇ ਬੁਰਾ ਹਾਲ ਹੈ। ਇਹ ਛੋਟਾ ਬੱਚਾ ਪਰਿਵਾਰ ਦਾ ਰਾਜ ਦੁਲਾਰਾ ਸੀ ਅਤੇ ਆਪਣੇ ਜਿਗਰ ਦੇ ਟੁਕੜੇ ਦੀ ਅੱਖਾਂ ਸਾਹਮਣੇ ਹੀ ਮੌਤ ਨੂੰ ਹੁੰਦਿਆਂ ਦੇਖ ਪਿਓ ਦਾ ਦਿਲ ਵੀ ਬਲੁੰਦਰਿਆ ਗਿਆ। ਖਬਰ ਜਲੰਧਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਵਡਾਲਾ ਚੌਂਕ ਵਿਖੇ ਵੱਡਾ ਹਾਦਸਾ ਵਾਪਰਿਆ ਹੈ ਅਤੇ 3 ਸਾਲਾਂ ਦੇ ਬੱਚੇ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ। ਤੁਹਾਨੂੰ ਦੱਸ ਦਈਏ ਕਿ ਮ੍ਰਿਤਕ ਬੱਚਾ ਧਰਮਵੀਰ ਆਪਣੇ ਪਿਤਾ ਦੇ ਨਾਲ ਸੜਕ ਕਿਨਾਰੇ ਜਾ ਰਿਹਾ ਸੀ ਅਤੇ ਪਿੱਛੋਂ ਆ ਰਹੇ ਤੇਜ਼ ਰਫ਼ਤਾਰ ਟਰੱਕ ਨੇ ਉਸ ਨੂੰ ਦਰੜ ਦਿੱਤਾ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਪੁਲਿਸ ਦੇ ਵੱਲੋਂ ਟਰੱਕ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪਠਾਨਕੋਟ ਬੱਚਾ ਆਪਕਾ ਹੈ? ਪਠਾਨਕੋਟ ਨਹੀਂ, ਬੱਚਾ ਆਪਕਾ ਹੈ? ਬੱਚਾ ਹਾਂ। ਕਿਆ ਨਾਮ ਦਾ ਬੱਚੇ ਦਾ? ਧਰਮਵੀਰ। ਕਿਆ ਨਾਮ ਹੈ? ਧਰਮਵੀਰ। ਧਰਮਵੀਰ ਹੈ? ਕਿੰਨੇ ਸਾਲ ਦਾ ਤਾ? 3 ਸਾਲ। ਪੜ੍ਹਤਾ ਤਾਂ ਜਾਂ ਵੈਸੇ ਵੀ? ਨਹੀਂ ਹੁਣ ਪੜ੍ਹਤਾ ਨਹੀਂ। ਆਪਕੇ ਸਾਥ ਹੀ ਆ ਰਹਾ ਤਾ ਉਧਰ ਸੇ? ਹਾਂਜੀ। ਕਿਆ ਬਾਤ ਕੀ ਹੋਈ ਸਾਰੇ? ਮੈਂ ਇੱਧਰ ਸੇ ਲੈ ਜਾ ਰਹਾ ਥਾ, ਨਾਲ ਹੀ ਨਾਲ ਤੁਰਕੇ ਜਾ ਰਹੇ ਥੇ। ਹਾਂ। ਇੱਥੇ ਵਡਾਲਾ ਚੌਕ ਪੇ ਉਤਰੇ ਥੇ, ਮੂੰਫਲੀ ਲੈ ਆਇਆ ਢਾਬੇ ਤੇ। ਫਿਰ ਮੈਂ ਜਾ ਰਹਾ ਥਾ ਤੁਰਕੇ। ਫਿਰ ਉਹ ਟਰੱਕ ਵਾਲਾ ਆਇਆ ਕਿਤੋਂ ਮੇਰੇ ਕੋ ਵੀ ਲੈ ਜਾ ਤਾ ਸਾਥ ਮੇ ਠੋਕ ਦਿਆ। ਇੱਧਰੋਂ ਦੇ ਟਾਵਰ ਇਨਕਲੇਵ 3 ਵਿੱਚ ਉਹਦੇ ਰਿਸ਼ਤਾ ਰਹਿੰਦੇ ਨੂੰ ਮਿਲਣ ਆ ਰਿਹਾ ਸੀ ਅਤੇ ਆਪਣੇ ਜਿਹੜੀ ਆ ਰੋਡ ਦੇ ਉੱਤੇ ਬਡਾਲਾ ਰੋਡ ਦੇ ਉੱਤੇ ਟਰੱਕ ਅਤੇ ਸਿਲੰਡਰ ਵਾਲਾ ਟਰੱਕ ਦੱਸ ਰਿਹਾ ਜਿਹੜਾ ਹੋਇਆ ਉਹ ਅੱਗੇ ਖੜਾ ਵਾ ਔਰ ਐਕਸੀਡੈਂਟ ਹੋ ਗਿਆ ਥੱਲੇ ਆ ਗਿਆ। ਕਿਹੜੀ ਟਰਾਂਸਪੋਰਟ ਦਾ ਟਰੱਕ ਹੈ ਸਰ? ਪੇਂਡੂ ਏਰੀਆ ਬਲਵਿੰਦਰ ਸਿੰਘ ਥਾਣਾ ਭਾਰਤ।